ਅਗਲੀ ਖਬਰ ਸਾਹਮਣੇ ਆ ਰਹੀ ਹੈ ਕੈਨੇਡਾ ਦੇ ਸ਼ਹਿਰ ਓਨਟਾਰੀਓ ਤੋਂ, ਜਿੱਥੇ ਟਾਂਡਾ ਦੀ ਰਹਿਣ ਵਾਲੀ 32 ਸਾਲਾ ਵਿਆਹੁਤਾ ਦਾ ਉਸ ਦੇ ਪਤੀ ਵੱਲੋਂ ਹੀ ਕਤਲ ਕਰ ਦੇਣ ਦਾ ਮਾਮਲਾ ਸਾਹਮਣੇ ਆਇਆ ਹੈ, ਜਿਸ ਤੋਂ ਬਾਅਦ ਪਰਿਵਾਰ ਵਿੱਚ ਵੱਡੇ ਸੋਗ ਦੀ ਲਹਿਰ ਹੈ। ਦੱਸਿਆ ਬਣਦਾ ਹੈ ਕਿ ਵਾਰਦਾਤ ਤੋਂ ਬਾਅਦ ਆਰੋਪੀ ਮੌਕੇ ਤੋਂ ਫਰਾਰ ਹੋ ਗਿਆ ਅਤੇ ਪੁਲਿਸ ਉਸ ਦੀ ਭਾਲ ਕਰ ਰਹੀ ਹੈ। ਤੁਸੀਂ ਵੇਖ ਸਕਦੇ ਹੋ ਕਿ ਪਿੱਛੇ ਪੇਕਾ ਪਰਿਵਾਰ ਵਿੱਚ ਵੱਡੇ ਸੋਗ ਦੀ ਲਹਿਰ ਹੈ ਜਦੋਂ ਉਹਨਾਂ ਨੂੰ ਆਪਣੀ ਧੀ ਨਾਲ ਹੋਏ ਦਾ ਪਤਾ ਲੱਗਿਆ। ਪਰਿਵਾਰਕ ਮੈਂਬਰਾਂ ਨੇ ਸਰਕਾਰ ਅੱਗੇ ਅਪੀਲ ਕੀਤੀ ਕਿ ਉਹਨਾਂ ਦੀ ਧੀ ਦੀ ਮ੍ਰਿਤਕ ਦੇਹ ਨੂੰ ਭਾਰਤ ਲਿਆਂਦਾ ਜਾਵੇ ਤਾਂ ਜੋ ਆਪਣੀ ਧੀ ਦਾ ਆਖਰੀ ਵਾਰੀ ਮੂੰਹ ਵੇਖ ਸਕਣ। ਇਹ ਤੋਂ ਜ਼ਿਆਦਾ ਸਾਨੂੰ ਕੁਝ ਹਜੇ ਜਾਣਕਾਰੀ ਨਹੀਂ ਹੈਗੀ। ਕਿੰਨੇ ਬੱਚੇ ਜੀ? ਮੇਰੇ 4 ਬੱਚੇ ਆ, 2 ਬੇਟੀਆਂ 2 ਬੇਟੇ। ਦੋ ਬੇਟੀਆਂ ਦੋਨੇ ਵਿਆਹੀ ਆ, ਬੇਟੇ ਦੋਨੇ ਜਿਹੜੇ ਉਹ ਬਾਹਰ ਨੇ, ਇੱਕ ਜਰਮਨ ਅਤੇ ਇੱਕ ਕੈਨੇਡਾ ਹੈਗਾ। ਉਹਦੇ 2 ਬੱਚੇ, ਇੱਕ ਬੇਟੀ ਆ ਅਤੇ ਇੱਕ ਬੇਟਾ। ਬੇਟੀ ਜਿਹੜੀ 8 ਸਾਲ ਦੀ ਹੈ, ਬੇਟਾ ਜਿਹੜਾ 4 ਸਾਲ ਦਾ, ਅਤੇ ਉੱਥੇ ਕੈਨੇਡਾ ਹੀ ਰਹਿੰਦੇ ਉਹਨਾਂ ਦੇ ਕੋਲ ਨਾਲ, ਮੌਂਟਰੀਅਲ। ਮੌਂਟਰੀਅਲ ਹਾਂਜੀ। ਅਜੇ ਕੁਛ ਨਹੀਂ ਪਤਾ ਲੱਗ ਰਿਹਾ, ਕਿਉਂਕਿ ਜਦ ਜਾਣਕਾਰ ਜਿਹੜੀ, ਅਜੇ ਕੁਛ ਨਹੀਂ ਪਤਾ ਲੱਗ ਰਿਹਾ ਕੀ ਕੀਤਾ। ਪਹਿਲਾਂ ਮਾਮੂਲੀ ਤਰ੍ਹਾਂ ਦੇ ਮਾੜਾ ਮਾੜਾ ਚੱਲਦਾ ਰਹਿੰਦਾ ਹੈਗਾ। ਕੰਪਲੇਂਟ ਕੀਤੀ ਸੀ ਉੱਥੇ ਨੇ, ਪਰ ਉਹਦੀ ਇਨਵੈਸਟੀਗੇਸ਼ਨ ਚੱਲਦੀ ਪਈ। ਕਹਿ ਨਹੀਂ ਸਕਦਾ ਕੁਛ। ਇਹਦੀ ਬੇਟੀ ਜੋ ਸਾਡੀ ਧੀ ਰਜਿੰਦਰ ਕੌਰ ਮੌਂਟਰੀਅਲ ਰਹਿੰਦੀ ਸੀ, ਅਤੇ ਉਹ ਜੋ ਵੀ ਪਾਣਾ ਬੜਾ ਮਾੜਾ ਵਾਪਰਿਆ, ਉਹਦੇ ਜਵਾਈ ਨੇ ਉਹਨੂੰ ਕਤਲ ਕਰ ਦਿੱਤਾ। ਅਤੇ ਅਸੀਂ ਸਾਰੇ ਮੁਹੱਲਾ ਨਿਵਾਸੀ ਅਤੇ ਰਿਸ਼ਤੇਦਾਰੀ ਪ੍ਰਸ਼ਾਸਨ ਅੱਗੇ ਅਪੀਲ ਕਰਦੇ ਹਾਂ ਕਿ ਉਹਦੀ ਡੈੱਡ ਬੋਡੀ ਸਾਨੂੰ ਇੰਡੀਆ ਦਿੱਤੀ ਜਾਵੇ। ਅਸੀਂ ਕਹਿਣਾ ਚਾਹੁੰਦੇ ਹਾਂ, ਸਾਡੀ ਕੁੜੀ ਨੂੰ ਮਾਰ ਛੱਡਿਆ ਪ੍ਰਾਹੁਣੇ ਨੇ, ਉਹਨੂੰ ਸਖ਼ਤ ਤੋਂ ਸਖ਼ਤ ਸਜ਼ਾ ਮਿਲੇ। ਸਾਡੀ ਜਿਹੜੀ ਡੈੱਡ ਬੋਡੀ ਕੁੜੀ ਦੀ ਮੂੰਹ ਦਿਖਾਉਣ ਲਈ ਸਾਨੂੰ ਲੈ ਕੇ ਇੱਥੇ ਇੰਡੀਆ ਪਹੁੰਚਾ ਦੇਣ, ਅਸੀਂ ਮੂੰਹ ਵੇਖ ਲਈਏ ਸਾਡੀ ਭਤੀਜੀ ਦਾ ਕਿਵੇਂ ਦੀ ਸੀ, ਕਿਵੇਂ ਮਾਰੀ